ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ ਸਾਰਿਆਂ ਦਾ। ਜਿਵੇਂ ਕਿ ਤੁਸੀਂ ਸਾਰੇ ਜਾਣਦੇ ਹੋ, ਸਟੱਡੀ ਵੀਜ਼ਾ ਦੇ ਰਿਜ਼ਲਟ ਇਸ ਵੇਲੇ ਬੜੇ ਵਧੀਆ ਆ ਰਹੇ ਨੇ ਕੈਨੇਡਾ ਵੱਲੋਂ। ਉਹਦੇ ਨਾਲ ਹੀ ਟੂਰਿਸਟ ਵੀਜ਼ਾ ਦੇ ਜਿਹੜੇ ਰਿਜ਼ਲਟ ਆ ਉਹਨਾਂ 'ਚ ਵੀ ਤੇਜ਼ੀ ਦੇਖਣ ਨੂੰ ਮਿਲੀ ਹੈ। ਸੋ ਅੱਜ ਵੀ ਲੈਂਡਮਾਰਕ ਦੇ ਵਿੱਚ ਇੱਕ ਟੂਰਿਸਟ ਵੀਜ਼ਾ ਆਇਆ। ਸੋ ਅੱਜ ਉਹਨਾਂ ਨਾਲ ਗੱਲ ਕਰਾਂਗੇ, ਚਮਨ ਲਾਲ ਜੀ ਨੂੰ ਟੂਰਿਸਟ ਵੀਜ਼ਾ ਮਿਲਿਆ, ਕਿਸ ਤਰੀਕੇ ਨਾਲ ਮਿਲਿਆ, ਪਹਿਲਾਂ ਅਪਲਾਈ ਕੀਤਾ ਸੀ ਜਾਂ ਨਹੀਂ। ਸੋ ਸਭ ਤੋਂ ਪਹਿਲਾਂ ਮੈਂ ਚਾਹੂੰਗਾ ਕਿ ਸਰ ਜੀ, ਤੁਹਾਡਾ ਟੂਰਿਸਟ ਵੀਜ਼ਾ ਬਹੁਤ ਬਹੁਤ ਵਧਾਈ। ਥੈਂਕਸ। ਸੋ ਦੋ ਤਿੰਨ ਗੱਲਾਂ ਪੁੱਛਣੀਆਂ ਤੁਹਾਡੇ ਤੋਂ। ਇੱਕ ਤਾਂ ਲੈਂਡਮਾਰਕ ਦਾ ਕਿਵੇਂ ਪਤਾ ਲੱਗਿਆ, ਅਤੇ ਪਹਿਲਾਂ ਵੀ ਕਦੀ ਅਪਲਾਈ ਕੀਤਾ ਸੀ? ਹਾਂਜੀ, ਲੈਂਡਮਾਰਕ ਦੇ ਥਰੂ ਮੇਰਾ ਕਾਕਾ ਗਿਆ ਸੀ ਜੀ। ਓਕੇ। 41 ਸੀ ਉਦੋਂ। ਉਹ ਤੋਂ ਬਾਅਦ ਫਿਰ ਮੇਰੇ ਕਾਕੇ ਨੇ, ਮੰਨ ਲਓ, ਮੇਰੀ ਫਾਈਲ ਜਿਹੜੀ ਆ ਕੈਨੇਡਾ ਵਿੱਚ ਹੀ ਲਾਈ ਸੀ। ਉੱਥੇ ਫਿਰ ਰਿਫਿਊਜ਼ਲ ਆ ਗਏ, ਫਿਰ ਮੇਰੇ ਕਾਕੇ ਨੇ ਉੱਧਰੋਂ ਹੀ ਦੁਬਾਰਾ ਪ੍ਰਬੰਧ ਕੀਤਾ ਲੈਂਡਮਾਰਕ ਵਾਲਿਆਂ ਥਰੂ, ਫਿਰ ਅਸੀਂ ਤੁਹਾਡੇ ਕੋਲ ਆਏ ਹਾਂ। ਅਤੇ ਇਸ ਕਰਕੇ ਕਿੰਨੀ ਕੁ ਦੇਰ ਲੱਗੀ ਜੀ ਪੂਰੇ ਪ੍ਰੋਸੈਸ ਨੂੰ? ਕੋਈ ਦਿੱਕਤ ਆਈ ਨਹੀਂ? ਸਾਡਾ ਤਕਰੀਬਨ ਇਹ 5 ਦਿਨਾਂ ਦੇ ਵਿੱਚ ਹੀ, ਮੰਨ ਲਓ, ਵੀਜ਼ਾ ਲੱਗਣ ਦੀ ਮੇਲ ਆ ਗਈ ਸੀ। ਅੱਛਾ ਜੀ। ਹਾਂਜੀ, ਆ ਸਟੈਂਪ ਲੱਗਣ ਦਾ ਜਿਹੜਾ ਟਾਈਮ ਲੱਗਾ ਉਹ ਗੱਲ ਵੱਖਰੀ ਹੈ। ਨਹੀਂ, 5 ਦਿਨਾਂ ਬਾਅਦ ਹੀ ਸਾਨੂੰ, 2 ਤਰੀਕ ਨੂੰ ਅਸੀਂ ਫਾਈਲ ਦੇ ਕਾਗਜ਼ ਕੰਪਲੀਟ ਕਰਕੇ ਦਿੱਤੇ ਸੀਗੇ, ਅਤੇ ਜਦੋਂ 7 ਤਰੀਕ ਨੂੰ ਅਸੀਂ ਫੋਨ ਕਰਕੇ ਪੁੱਛਿਆ ਕਿ ਸਾਡੀ ਫਾਈਲ ਕਿੱਥੇ ਕਿ ਚਲੀ ਗਈ ਆ, ਅਤੇ ਸਾਨੂੰ ਮੈਸੇਜ ਆਇਆ ਵੀ ਤੁਹਾਡਾ ਵੀਜ਼ੇ ਵਾਸਤੇ ਪਾਸਪੋਰਟ ਤੁਸੀਂ ਜਮ੍ਹਾਂ। ਬੜੀ ਜਲਦੀ ਕੰਮ ਹੋ ਗਿਆ। ਸੋ ਹੁਣ ਅੱਗੇ ਦਾ ਕੀ ਪ੍ਰੋਗਰਾਮ ਹੈ ਜੀ, ਕਦੋਂ ਤੁਸੀਂ ਜਹਾਜ਼ ਚੜ੍ਹਨਾ? ਐਂ ਜੀ, ਮੇਰੀ ਬੇਟੀ ਹਜੇ ਇੱਧਰ, ਮੰਨ ਲਓ, ਐਡਸ ਕੀਤੇ, ਉਹਦੇ ਨੰਬਰ ਕੁਛ ਘੱਟ ਆ, ਅਤੇ ਜਦੋਂ ਬੇਟੀ, ਮੰਨ ਲਓ, ਵੀਜ਼ਾ ਲਵਾ ਲਊਗੀ ਫਿਰ ਮੈਂ ਬੇਟੀ ਦੇ ਨਾਲ ਹੀ ਜਾਊਂਗਾ। ਸੋ ਬੇਟੀ ਦੀ ਫਾਈਲ ਕਿੱਥੋਂ ਲਵਾਉਣੀ ਹੈ ਜੀ? ਉਹ ਤੁਹਾਡੇ ਕੋਲ ਲਵਾਂਗੇ ਜੀ, ਪਹਿਲਾਂ ਟੀਚਾ ਇਹੀ ਹੈ ਜੀ। ਓਕੇ। ਹਾਂਜੀ, ਚਲੋ, ਬਹੁਤ ਬਹੁਤ ਵਧਾਈਆਂ ਜੀ ਤੁਹਾਨੂੰ। ਥੈਂਕਸ। ਅਤੇ ਆਹ ਲੈਂਡਮਾਰਕ ਵੱਲੋਂ ਇੱਕ ਛੋਟਾ ਜਿਹਾ ਗਿਫਟ।